ਨਾਵੀ ਤੁਹਾਡਾ ਕੀ ਨਾਮ ਹੈ ਜੀ ਕਿਹੜਾ ਪਿੰਡ ਹੈ ਕਿਤੇ ਇੱਕ ਵੱਡੀ ਕਮੀ ਆਂਡੀ ਗੱਲ ਕਰੀਏ ਲੇਬਰ ਦੀ ਕਾਫੀ ਪਰੇਸ਼ਾਨੀ ਆ ਰਹੀ ਹੈ अजकल की कहना चाहोगे जी आज के टाइम से जी लेबर है वह कि आ रही है उही रेट ले रही है या दाम दुगने तिगने ले रहे हैं जी रेट डबल हो गया पिछले साल असी ने 2500 भी लवाई है 2600 भी लवाई है ऐतकी 6000 5500 ज्यों ज्यों जीरी का जानी अगर सीजन बढ़ता जा रहा है लेबर का रेट भी महंगा होता जा रहा है खाना पीना जी जी लेबर लेके आ रहे हो किराया भाड़ा वो किराया भी असी मालिक दिता है उन्होंने खाण पीन का भी जो राशन है रस्ते का खाने पीने च भी बदलाव है जी कुछ होर डिमांड भी करते हैं लेबर वाले डिमांड बड़ी जी जब यह काम होता फिर तो वह कहते हैं जी सानू पहला हो मतलब आलूआ तो गठिया नाले सार लेंदे ते हुण तो रोज़ नवी दाल पालते हैं दाला दो सानू सब्जी दो नलैकी की थी अंकल यह लेबर क्यों भजी सरकार की नलैकी है जी लेबर भजन सरकार ने लेबर उ रोकी नहीं जी जी हैगी भी थी वो भी सरकार ने गड्डिया ਪਹੁੰਚਾਉਣ ਦੀ ਬਜਾਏ ਉਹਨਾਂ ਰਾਸ਼ਨ ਦੇਣ ਦੀ ਬਜਾਏ ਉਹਨੂੰ ਕੱਢਿਆ ਗਿਆ ਠੀਕ ਨਾ ਕਿ ਉਹਨਾਂ ਦੀ ਕੋਈ ਉਹਨਾਂ ਨੇ ਹਿਫਾਜ਼ਤ ਕਰਨੀ ਸੀ ਕੋਈ ਹਿਫਾਜ਼ਤ ਨਹੀਂ ਉਹਨਾਂ ਨੇ ਕਰੀ ਉਹਨੂੰ ਕੱਢਿਆ ਗਿਆ ਲੇਬਰ ਨੂੰ ਠੀਕ ਇਹਨੂੰ ਲੈ ਕੇ ਗੱਲ ਕਰੀਏ ਲੇਬਰ ਕੀ ਕੁਝ ਪਰੇਸ਼ਾਨੀ ਆ ਰਹੀ ਜੀ ਲੇਬਰ ਨੂੰ ਲੈ ਕੇ ਲੇਬਰ ਦੀ ਤਾਂ ਪੂਰੀ ਸਮੱਸਿਆ ਜੀਰੀ ਲੱਗ ਨਹੀਂ ਰਹੀ ਬਾਹਰੋਂ ਲਿਆ ਰਹੇ ਨੇ ਕੋਈ ਬੱਸ ਲੈ ਕੇ ਜਾ ਰਿਹਾ ਕੋਈ ਟਰੱਕ ਲੈ ਕੇ ਜਾ ਰਿਹਾ ਕੋਈ ਟਰੈਕਟਰ ਵੀ ਲੈ ਕੇ ਗਈ ਉਹਦੇ ਵਾਸਤੇ ਹੁਣ 1.25 ਲੱਖ ਰੁਪਈਆ 1.5 ਲੱਖ ਰੁਪਈਆ ਇੱਕ ਬੱਸ ਦਾ ਕਿਰਾਇਆ ਪੈਂਦਾ ਕੀ ਕਰੂ ਕਿਸਾਨ ਇਹ ਤਾਂ ਪਹਿਲੇ ਹੀ ਖੁਦਕੁਸ਼ੀਆਂ ਕਰ ਰਿਹਾ ਬਾਕੀ ਇਹਨੂੰ ਭਾਅ ਨਹੀਂ ਮਿਲ ਰਿਹਾ 53 ਰੁਪਈਏ ਵਧਾ ਤੇ ਰੇਟ ਦੇ 5 ਰੁਪਈਏ ਡੀਜ਼ਲ ਵਧਾ ਤਾ 5 ਰੁਪਏ ਪੈਟਰੋਲ ਵਧਾ ਤਾ ਇਹ ਸਰਕਾਰ ਆ ਵਪਾਰ ਪੱਖੀ ਵਪਾਰੀਆਂ ਦੀ ਸਰਕਾਰ ਆ ਕਿਸਾਨਾਂ ਵਾਸਤੇ ਤਾਂ 70 ਸਾਲ ਦੇ ਨੀਤੀ ਨਹੀਂ ਬਣਾਈ ਕੋਈ ਅਸੀਂ 80% ਲੋਕ ਪਿੰਡਾਂ ਦੇ ਨਲਕਾਂ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਆ ਇਹ ਜਿਹੜੇ 20% ਲੋਕ ਨੇ ਮਹਿਲ ਸਾਲ ਲਏ ਢਿੱਡ ਪਾਲੇ ਬੜੇ ਬੜੇ ਬੰਗਲੇ ਬਣਾ ਲਏ ਗੱਡੀਆਂ ਲੈ ਲਈਆਂ ਪਰ ਕਿਸਾਨ ਅਤੇ ਮਜ਼ਦੂਰ ਵਿਚਾਰਾ ਆਹ ਜੀਰੀ ਦੇ ਫਸ ਗਏ ਐਤਕੀ ਆਹ ਕਰੋਨਾ ਨੇ ਸਾਰਾ ਪਹਾੜਾ ਪਾਤਾ ਇਹਦੇ ਕਰਕੇ ਲੇਬਰ ਪੰਜਾਬੀ ਲੇਬਰ ਦਾ ਪੰਗਾ ਪੈ ਰਿਹਾ ਹੁਣ ਦੱਸੋ ਕਿਸਾਨ ਜਾਵੇ ਕਿਹੜੇ ਖੂਹ 'ਚ ਜਾਵੇ ਜਿਹੜੀ ਲੇਬਰ ਆ ਰਹੀ ਹੈ ਉਹੀ ਰੇਟ 'ਤੇ ਆ ਰਹੀ ਹੈ ਕਿ ਦੂਗਰੇ ਦਾਮ ਲੈ ਰਹੇ ਰੇਟ ਤਾਂ ਬਈ ਪਹਿਲਾਂ 2500-3000 ਰੁਪਏ ਕਿਲੋ ਦੀ 2500 ਤੋਂ 3000 ਤਾਈ ਹੁਣ 5 ਤੋਂ 6000 ਤਾਈ ਚੜ ਗਿਆ ਕਿਲੋ ਇਹ 8-10000 ਤੇ ਵੀ ਜਾਊਗਾ ਜਿਉਂ ਜਿਉਂ ਜੀਰੀ ਦਾ ਟਾਈਮ ਆ ਰਿਹਾ ਲਾਉਣ ਦਾ 20 ਜੂਨ ਜਿਉਂ ਤਾਂ ਕਿਸਾਨ ਹਰੇਕ ਹੋਊਗਾ ਮੇਰੀ ਲੱਗ ਜੇ 5000-30000-7000 ਚੜੂ ਇਹਦੇ ਤਾਂ ਰੇਟ ਚੜ੍ਹਨੇ ਹੀ ਚੜ੍ਹਨੇ ਲੇਬਰ ਹੈ ਨਹੀਂ ਕਿਸਾਨਾਂ ਨੇ ਜੀਰੀ ਲਾਉਣੀ ਆ ਮਜ਼ਬੂਰੀ 'ਚ ਦੇਣਾ ਪਊਗਾ ਬੱਚੇ ਕੀ ਸੋਚਦੇ ਅੰਕਲ ਤੁਸੀਂ ਘਰ 'ਚ ਗੱਲ ਕਰਦੇ ਹੋਗੇ ਅੱਜ ਦੇ ਨੌਜਵਾਨ ਜਿਹੜੇ ਪਰਿਵਾਰ ਦੇ ਤੁਹਾਡੇ ਉਹ ਕੀ ਕਹਿੰਦੇ ਨੇ ਕਿਸਾਨੀ ਨੂੰ ਦੇਖੀ ਉਹ ਨੌਜਵਾਨ ਤਾਂ ਸਾਡੇ ਕਹਿੰਦੇ ਨੇ ਖੇਤੀ ਕਰਦੇ ਨੇ ਵਿਚਾਰੇ ਮਾੜੀ ਮੋਟੀ ਕਹਿ ਕੋਈ ਤੋਂ ਆਹ ਕਰ ਲਓ ਇਹ ਬਹੁਤ ਕਰ ਲਓ ਕਰਦੇ ਨੇ ਪਰ ਦੁਖੀ ਮਨ ਨਾਲ ਕਰਦੇ ਨੇ ਦੁਖੀ ਮਨ ਨਾਲ ਐਂ ਕਰਦੇ ਨੇ ਖਰਚਾ ਜ਼ਿਆਦਾ ਆ ਭਾਅ ਮਿਲਦਾ ਨਹੀਂ ਜਦ ਸਾਫ ਹੁੰਦਾ ਪਾਣੀ ਇਹਦੇ ਉਨੀ ਫਸਲ ਉਨੀ ਖਰਚਾ ਕੋਈ ਪਾਣੀ ਦਾ ਵਿਆਜ ਬਸ ਉਹਨਾਂ ਦਾ ਹੁਣ ਵਿਚਾਰੇ ਪਰੇਸ਼ਾਨ ਹੋ ਜਾਂਦੇ ਨੇ ਡਿਪਰੈਸ਼ਨ 'ਚ ਹੋ ਜਾਂਦੇ ਨੇ ਉਹ ਵਿਚਾਰੇ ਕੀ ਕਰਨਾ ਜਦ ਪੱਲੇ ਨਹੀਂ ਪੈਂਦਾ ਕੁਛ ਕਰਕੇ ਕੀ ਕਰੂ ਇਹਨੂੰ